ਆ ਦੇਖੋ ਜੀ, ਆ ਮਾਰਦੀਆਂ ਬਾਜਾਂ ਪੂਰੀਆਂ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਵਾਗਤ ਹੈ ਸਾਰਿਆਂ ਦਾ ਨਵੇਂ ਬਲੌਗ ਦੇ ਵਿੱਚ। ਅੱਜ ਆਪਾਂ ਬਹੁਤ ਜ਼ਿਆਦਾ ਖੁਸ਼ ਹਾਂ ਜੀ, ਬਹੁਤ ਜ਼ਿਆਦਾ ਪਰਮਾਤਮਾ ਸਾਰਿਆਂ ਨੂੰ ਇੰਨਾ ਖੁਸ਼ ਰੱਖੇ। ਜਿਹੜੀ ਚੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਸੋ ਆਪਣੀ ਘੋੜੀ ਸੂਪੀ ਜੀ ਆ ਲਓ ਜੀ, ਕਰੋ ਚੈੱਕ ਮਿੱਤਰੋ। ਐਕਤੀ ਘੋੜੀ ਆਪਣੀ ਪੂਰੇ ਟਾਈਮ 'ਤੇ ਸੂਈ ਆ, 11 ਮਹੀਨੇ 5 ਦਿਨ ਉੱਪਰ ਲੈ ਗਈ। ਇਸ ਵਕਤ 2:05 ਹੋ ਗਏ ਨੇ। ਆ ਦੇਖੋ ਜੀ ਮਗਰ ਬਸ਼ੇਰੀ, ਇਹ ਦੁੱਲੇ ਘੋੜੇ ਦੀ ਭਤੀਜੀ ਆ ਜੀ, ਫੌਜੀ ਘੋੜੇ ਦੀ ਪੋਤੀ ਆ, ਤੇ ਡੱਬ ਵਾਲੀ ਵਾਲੇ ਸੁਲਤਾਨ ਘੋੜੇ ਦੀ ਬੱਚੀ ਆ। ਮਿੱਤਰੋ ਬਸ਼ੇਰੀ ਦਿੱਤੀ ਆਪਣੀ ਘੋੜੀ ਨੇ। ਆ ਜਾਓ ਪਵਨ, ਆ ਜਾਓ। ਆ ਲਓ ਜੀ ਆਪਾਂ ਇਹਨੂੰ ਪਿਆ ਰਿਹਾ ਹੁਣ ਕਾੜਾ, ਕਿਉਂਕਿ ਜਿਹੜੀ ਘੋੜੀ ਦੀ ਜੇਰ ਹੁੰਦੀ ਆ ਉਹ ਸਮਾਰ ਕੇ ਪੈ ਜਾਂਦੀ ਆ, ਤਾਂ ਕਰਕੇ ਆਪਾਂ ਮੱਝਾਂ ਨੂੰ ਘੋੜੀਆਂ ਨੂੰ ਕਾੜਾ ਕਰਕੇ ਪਿਆਉਣੇ ਹੁੰਦੇ ਹਾਂ, ਵੀ ਅੰਦਰ ਜਾਣੀ ਕਿ ਬੱਚਾਦਾਨੀ ਸਾਰੀ ਸਫਾਈ ਹੋ ਜੇ। ਪੀਂਦੀ ਆ ਬਾਬਾ ਜੀ, ਜਾਗਰਾਰ ਮੈਂ ਬਾਈ ਇੱਥੇ ਪਏ ਸੀਗੇ ਮੰਜੇ ਤੇ ਬਾਹਰਲੀ ਸਾਈਡ, ਤੇ 2:05 ਤੇ ਘੋੜੀ ਆਪਣੀ ਪੂਰੇ ਟਾਈਮ ਤੇ ਸੂਪੀ ਸੀਗੀ। 11 ਮਹੀਨੇ 5 ਦਿਨ ਹੋ ਗਏ ਅੱਜ ਪੂਰੇ। ਅੱਖਾਂ ਪਕਾਰੇ, ਸਾਰੇ ਜਾਣੇ ਵੇਟ ਕਰ ਰਹੇ ਸੀ ਹਨਾ। ਆਪਾਂ ਥੋੜੇ ਦਿਨ ਪਹਿਲਾਂ ਇੰਸਟਾਗ੍ਰਾਮ ਤੇ ਵੀਡੀਓ ਅਪਲੋਡ ਕੀਤੀ ਸੀਗੀ ਬਾਈ, ਘੋੜੀ ਆਪਣੀ ਸੂਣ ਵਾਲੀ ਆ, ਤਾਈਓ ਲਾਏ ਸਰਾਣੇ ਡੇਰੇ ਨੇ, ਡੇਰੇ ਲਾਏ ਮੁੱਲ ਪੈ ਗਿਆ ਜਾਗਰ। ਬਾਕੀ ਹਾਂ ਮਿਹਨਤ ਦੇ ਨਾਲ ਹਨਾ ਸਭ ਕੁਛ ਆ ਬਾਈ, ਨੌਕਰੀ ਵੀ ਆ ਗਈ ਆਪਣੇ ਘਰੇ, ਉਹ ਉਧਰ ਖੜੀ ਆ। ਹਾਂ ਨੌਕਰੀ ਘੋੜੀ ਵੀ ਤੁਹਾਨੂੰ ਪਤਾ ਵੀ ਆਪਾਂ ਲੈ ਕੇ ਆਏ ਨਵੀਂ। ਕਹਿੰਦੇ ਮਿੱਤਰੋ ਖਾਲ ਤੇ ਚੱਲਦਾ ਪਾਣੀ ਤੇ ਘੋੜੀ ਸੂੰਦੀ ਨੂੰ ਕੋਈ ਜਲਦੀ ਦੇਖ ਨਹੀਂ ਸਕਦਾ। ਸਾਡੇ ਨਾਲ ਵੀ ਐਦੀ ਹੋਇਆ, ਕਦੇ ਬਾਪੂ ਕਦੇ ਬੀਬੀ ਮੰਮੀ ਜਾਗਰ ਬਾਈ ਤੇ ਮੈਂ ਉਰੀ ਪਏ ਸੀਗੇ ਹਨਾ, ਤੇ ਸਾਨੇ 1:30 ਬਈ ਮੈਂ ਰਾਤ ਘੋੜੀ ਦੇਖ ਕੇ ਸੌਂ ਗਿਆ। ਜਦੋਂ ਮੈਂ ਮੰਡੀ ਦੇ ਵਿੱਚੋਂ ਵੀ ਆਉਣਾ ਹੁੰਦਾ ਹਨਾ, ਅੱਖ ਲੱਗ ਜਾਂਦੀ ਹੈ, ਸਾਰੀ ਦਿਹਾੜੀ ਮੰਡੀ ਦੇ ਵਿੱਚ ਥੱਕ ਜਾਂਦੇ ਹਾਂ, ਤੇ ਮੰਮੀ ਨੇ ਜਦੋਂ ਕੀ ਕਰਿਆ ਬਈ ਆ ਕੇ ਘੋੜੀ ਦੇਖੀ, ਘੋੜੀ ਉਦੀ ਖੜੀ ਸੀਗੀ, ਮੈਂ ਵੀ 1:30 ਸੋਇਆ ਜਾਣੀ ਕੀ ਘੋੜੀ ਦੇਖ ਕੇ, ਰੋਟੀ ਪਾਣੀ ਖਾਧਾ ਸੀ ਪੈ ਗਏ ਹਨਾ। ਜਾਗਰ ਸਮਾਂ ਤੇ ਮੇਰੇ ਕੋਲ ਹੀ ਪਿਆ ਸੀਗਾ ਉਰੇ, ਜਾਗਰ ਕਹਿੰਦਾ ਵੀ ਮੈਂ ਰਾਖੀ ਰੱਖੂਗਾ, ਜਾਗਰ ਨੂੰ ਵੀ ਨੀ ਪਤਾ ਲੱਗਿਆ ਮੈਂ ਕੁਦਰਤੀ ਆ ਕੇ ਪੈ ਗਿਆ, ਮੈਂ ਮੰਜਾ ਲਾਤਾ ਉਰੇ, ਦਰੀ ਵੀ ਨੀ ਵਸਾਈ, ਮੈਂ ਘੋੜੀ ਦੇ ਵਿੱਚ ਕਿਹੜਾ ਵਸਾਊ, ਅਸੀਂ ਪੈਂਦੇ ਆ ਅਸੀਂ ਪਿਆ ਹੋਇਆ। ਸਵੇਰੇ ਦੇਖਿਆ ਮਾਤਾ ਨੇ ਆ ਕੇ, ਪਤਾ ਗੱਲ ਕੀ ਹੋ ਗਈ ਸੀ, ਚਲੋ ਬਾਈ 1:30 ਮੈਂ ਦੇਖ ਕੇ ਸੋਇਆ, ਤੇ ਮੰਮੀ 2:00 ਆਈ, ਜਦੋਂ 2:00 ਮੈਨੂੰ ਭੱਜ ਕੇ ਠਾ ਲਿਆ ਵੀ ਘੋੜੀ ਤਾਂ ਆਪਣੀ ਸੂਈ ਪਈ ਆ, ਵੀ ਬੱਚਾ ਲਵੇ ਬੈਠਿਆ ਹਨਾ, ਦੇਖ ਰਿਹਾ ਫੇਰ ਲੱਗਿਆ ਜੀ ਬੂਟਾ, ਸਾਡਾ ਜਾਗਰ ਉੱਠਿਆ, ਕਹਿੰਦਾ ਬੱਚਾ ਤਾਂ ਦੀਂਦਾ ਨੀ, ਘੋੜੀ ਦਾ ਢਿੱਡ ਕਿੱਥੇ ਵੱਗ ਗਿਆ, ਜਾਗਰ ਕਰੀ ਗਿਆ, ਜਾਗਰ ਕਰੀ ਗਿਆ ਮੰਮੀ ਤੇ ਮੈਨੂੰ ਵੀ ਬੱਚਾ ਕਿੱਥੇ ਆ, ਬੱਚਾ ਕਿੱਥੇ ਆ, ਘੋੜੀ ਦੇ ਢਿੱਡ ਚ ਤਾਂ ਹੈ ਨੀ ਹੁਣ, ਘੋੜੀ ਦੇ ਢਿੱਡ ਤਾਂ ਸੁੰਗੜ ਨੀ ਆ। ਜਦੋਂ ਬੱਚਾ ਬਾਹਰੇ ਆ ਗਿਆ, ਬੱਚਾ ਬਾਈ ਕੌਲੇ ਦੇ ਨਾਲ ਲੱਗਿਆ ਪਿਆ ਸੀਗਾ, ਤੇ ਪਰਮਾਤਮਾ ਨੇ ਬਹੁਤ ਵਧੀਆ ਸੁਣ ਲਈ ਹਨਾ। ਚਲੋ ਅਸੀਂ ਮੇਰੇ ਵੀ ਚਾਅ ਸੀਗਾ ਵੀ ਮੈਂ ਘੋੜੀ ਅੱਖੀ ਸੂੰਦੀ ਦੇਖਾਂ, ਪਰ ਮੈਨੂੰ ਵੀਰੇ ਉਹਨਾਂ ਨੇ ਵੀ ਬਹੁਤ ਕਿਹਾ, ਕਹਿੰਦੇ ਵੀ ਅਸੀਂ ਇੱਕ ਦਿਨ ਵੀਰਾ ਕਹਿੰਦਾ ਵੀ ਮੈਂ ਸਾਰੀ ਰਾਤ ਬੈਠਾ ਰਿਹਾ, ਤੇ ਮੈਂ ਸੋਚਿਆ ਵੀ ਘਰੇ ਜਾ ਕੇ ਮੈਂ ਮਾੜਾ ਜਿਹਾ ਪਾਣੀ ਦਾ ਗਲਾਸ ਪੀ ਆਵਾਂ, ਤੇ ਬਾਗਲ ਚੋਂ ਜਦੋਂ ਬਾਈ ਘਰੇ ਗਿਆ ਆ ਕੇ ਦੇਖਿਆ ਘੋੜੀ ਸੂਪੀ 5 ਮਿੰਟਾਂ ਦੇ ਵਿੱਚ, ਸਾਡੇ ਨਾਲ ਵੀ ਐਵੇਂ ਹੋਇਆ ਘੋੜੀ ਸੂਪੀ ਬਾਈ, ਤੇ ਬਹੁਤ ਵਧੀਆ। ਚਲੋ ਤੰਦਰੁਸਤ ਆ ਬੱਚਾ, ਬਸ਼ੇਰੀ ਤੁਹਾਨੂੰ ਦਿਖਾਉਣੀ, ਸੁਲਤਾਨ ਡੱਬ ਵਾਲੀ ਘੋੜੇ ਦੀ ਬੱਚੀ ਆ ਇਹ, ਨੀਲੇ ਘੋੜੇ ਦੀ, ਤੇ ਦੁੱਲੇ ਘੋੜੇ ਦਾ ਭਾਈ ਆ ਸਕਾ ਸੁਲਤਾਨ, ਠੀਕ ਹੈ ਜੀ, ਤੇ ਇਹਦਾ ਬਾਪ ਆ ਜਿਹੜਾ ਬਸ਼ੇਰੀ ਦਾ, ਉਹ ਦੁੱਲੇ ਘੋੜੇ ਦਾ ਸਕਾ ਭਾਈ ਆ, ਫੌਜੀ ਦੇ ਦੁੱਲਾ ਤੇ ਸੁਲਤਾਨ ਬੱਚੇ ਨੇ। ਬਸ਼ੇਰੀ ਦਾ ਨਾਮ ਅਸੀਂ ਰੱਖਤਾ ਪਰੀ, ਪਾਵਨ ਦੀ ਪਰੀ, ਪਾਵਨ ਉਹਦੀ ਨਾਂ ਦਾ ਨਾਮ ਆ ਜੀ, ਅਸੀਂ ਪਰੀ ਰੱਖਤਾ ਵੀ ਪਰੀ।
ਤੇ ਪੂਰੀ ਘੈਂਟ ਆ। ਬਾਕੀ ਤੁਸੀਂ ਦੱਸਣਾ ਸਾਰਿਆਂ ਨੂੰ ਆਪਣੀ ਚੀਜ਼ ਤਾਂ ਬਈ ਵਧੀਆ ਲੱਗਦੀ ਹੁੰਦੀ ਆ, ਬਾਕੀ ਆਪਣੀਆਂ ਬਈ ਇਹ ਪਰਸਨਲ ਨੇ, ਪਰੀ ਚੁਗਣੀ ਤੇ ਪਾਵਾ, ਇਹਨਾਂ ਬਾਰੇ ਨਾ ਕੋਈ ਸੇਲ ਬਾਰੇ ਪੁੱਛ, ਨਾ ਕੋਈ ਹੋਰ ਨਾ ਅਸੀਂ ਦਈਏ ਬਾਬੋ, ਅਸੀਂ ਸੌਂਕ ਨੂੰ ਰੱਖਿਆ ਨੇ। ਬਾਕੀ ਆਪਣਾ ਰਿਜ਼ਲਟ ਆ ਹੁਣ, ਆਹ ਫਰਮਾ ਵਾਲੀ ਦਿੱਤੀ ਆ, ਇਹ ਤੀ ਭਾਟੇ ਵਾਲੀ ਵੀ ਬੱਚੇ ਲਵਾਂਗੇ ਸਾਰੇ ਬੱਚੇ। ਬਾਕੀ ਤੁਸੀਂ ਵੀ ਦੱਸਿਓ ਵੀ ਕਿਵੇਂ ਦੀ ਆ, ਕਿਵੇਂ ਦੇ ਬੱਚੇ ਦਊਗੀ। ਬਾਕੀ ਸਾਬਰ ਰੱਖੋ, ਸਾਬਰ ਤੋਂ ਬਾਅਦ ਸਾਰਾ ਕੁਛ ਹੀ ਮਿਲਦਾ। ਸਾਬਰ ਦਾ ਸਾਨੂੰ ਵੀ 2 ਸਾਲ ਬਾਅਦ ਹੀ ਦਿੱਤਾ ਬੱਚਾ। ਹਾਂ ਪਿਛਲੇ ਸਾਲ ਤੁਹਾਨੂੰ ਪਤਾ ਸਾਰਿਆਂ ਨੂੰ ਹਨਾ ਵੀ ਆਪਣਾ ਇਹਦਾ ਬੱਚਾ ਪਾਵਨ ਦਾ ਡੈਥ ਹੋ ਗਈ ਸੀਗੀ, ਬਹੁਤ ਦੁੱਖ ਲੱਗਦਾ ਜੀ ਉਹ ਚੀਜ਼ ਦਾ। ਪਰ ਅਸੀਂ ਸਾਬਰ ਰੱਖਿਆ, ਅਸੀਂ ਘੋੜੀ ਨੂੰ ਪਹਿਲਾਂ ਤਾਂ ਉਦੋਂ 4-5 ਮਹੀਨੇ ਭਰਾਈ ਨਹੀਂ ਹੈਗੀ, ਅਤੇ ਉਸ ਤੋਂ ਬਾਅਦ ਅਸੀਂ ਘੋੜੀ ਭਰਾ ਕੇ ਲਿਆਏ। ਕਾਲੀ ਵੀਰਾ ਕਹਿੰਦਾ ਵੀ ਕੋਈ ਗੱਲ ਨਹੀਂ, ਹੁਣ ਵਾਧੇ ਘਾਟੇ ਚੱਲਦੇ ਰਹਿੰਦੇ ਆ, ਅਤੇ ਉਸ ਤੋਂ ਬਾਅਦ ਰਿਜ਼ਲਟ ਆਇਆ ਜੀ, ਰਾਤ ਬਸ਼ੇਰੀ ਆਈ ਆ, ਬਹੁਤ ਸੋਹਣੀ ਆ। ਬਾਕੀ ਹੋਰ ਜੱਸੀ ਫਿਰ ਠੀਕ ਹੈ, ਨੌਕਰੀ ਘੋੜੀ ਵੀ ਦਿਖਾ, ਬਾਕੀ ਆਪਣੇ ਨੌਕਰੀ ਘੋੜੀ ਵੀ ਆ ਗਈ, ਦੂਜੀਆਂ ਵੀ ਆ ਗਈਆਂ, ਉਸ ਉਹਦੇ ਬਸ਼ੇਰੇ ਨਾਲ ਕਰ ਲਾਂਗੇ ਹਨਾ। ਨੌਕਰੀ ਦਾ ਤਾਂ ਬੱਚਾ ਸੇਲ ਕਰ ਦਿਆਂਗੇ, ਨੌਕਰਾ ਬਸ਼ੀਰ ਆ ਗਿਆ, ਜਾਗਰ ਦੇ ਨਾਮ ਜਿਪਸੀ ਰੱਖਦਾ ਨਾ, ਤਾਂ ਇਹ ਕਰਤਾ ਉਹਦਾ ਆਪਾਂ ਨੇ ਜਿਪਸੀ ਰੱਖਿਆ ਤੇ ਘੋੜੀ ਦਾ ਜੱਸੀ ਲੈ ਰੱਖਦਾ। ਨਵਾਂ ਬੰਦਾ ਹੋਵੇ ਸ਼ੌਂਕ ਨਾਲ ਉਹਨੂੰ ਦੇਵਾਂਗੇ, ਉਹ ਤਾਂ ਦੰਦੀ, ਕਿਉਂਕਿ ਬੜੇ ਨੂੰ ਤਾਂ ਦੇਣੀ ਨਹੀਂ, ਬੜੇ ਚਿਰ ਦੀ ਆਸ ਸੀ ਸਾਡੀ ਕਿ ਨੌਕਰੀ ਲੈ ਕੇ ਆਉਣੀ ਆ, ਤੇ ਅਸੀਂ ਨੌਕਰੀ ਵੀ ਲਿਆਏ ਤੇ ਨਾਲ ਨੌਕਰੀ ਦੀ ਰੀਸ ਸੀ ਬਾਈ, ਬਹੁਤ ਟਾਈਮ ਦੀ ਵੀਡੀਓ ਨੂੰ ਵੀ ਕਹਿੰਦਾ ਜੀ ਆਪਾਂ ਬਸ਼ੇਰੀ ਨੇ ਬੀੜਾ, ਕਹਿੰਦਾ ਵੀ ਕੋਈ ਗੱਲ ਨਹੀਂ ਸਾਬਰ ਰੱਖਾ, ਕਰੇ ਨੌਕਰੀ ਨੇ ਪਾਉਣਾ ਸਾਰਾ ਕੁਝ ਮਿਲ ਜੂ ਸਮੇਂ ਦੇ ਹਿਸਾਬ ਨਾਲ ਜਾਗਰ ਕਰਾਂਗੇ। ਜਾਗਰ ਬਾਈ ਨੇ ਬਸ਼ੇਰੇ ਦਾ ਨਾਮ ਰੱਖਿਆ ਜੀ, ਇਹ ਘੋੜੀ ਬਾਰੇ ਸਾਰੇ ਮੰਡੀ ਨੂੰ ਪਤਾ ਹੈ, ਨਾਭਾ ਮੰਡੀ ਚੋਂ ਲਈ ਹੈ ਹਨਾ, ਉਹ ਵੀ ਬਾਈ ਦੇ ਵੇਚਣ ਆਏ ਤੀ, 3 ਦਿਨ ਖੜੇ ਰਹੇ ਨੇ, ਕਿਸੇ ਨੇ ਲਈ ਨਹੀਂ, ਇਹੀ ਘੋੜੀ ਅਸੀਂ ਲੈ ਲਈ ਰਾਤ ਨੂੰ ਲਈ ਆ, ਅਗਲੇ ਨੇ ਟੈਂਪੂ ਚਾੜ ਲਈ ਘਰ ਨੂੰ ਜਾ ਰਹੇ ਤੇ ਅਸੀਂ ਲੈ ਲਈ। ਉਸ ਤੋਂ ਬਾਅਦ ਇਹੀ ਘੋੜੀ ਆ ਵੀ ਜਿਹਦੇ ਹੁਣ ਫੋਨ ਆ ਰਹੇ ਨੇ ਵੀ ਸਾਨੂੰ ਦੇ, ਉਦੋਂ ਤੱਕ ਵੀ ਫੋਨ ਕਿਸੇ ਨੇ ਲਈ, ਉਦੋਂ ਲਈ ਨਹੀਂ, ਅਸੀਂ ਦੇਣੀ ਅਸੀਂ ਦੇਵਾਂਗੇ ਆ, ਟਕਾ ਕੇ ਦੇਵਾਂਗੇ। ਯਾਨੀ ਕਿ ਬਈ ਆਪਣੇ ਬੰਦਿਆਂ ਨੂੰ ਕੀ ਹੁੰਦਾ ਪੰਜਾਬੀਆਂ ਨੂੰ ਘੋੜੀ ਰੱਖਣ ਨਹੀਂ, ਆਪਦੇ ਬੱਚੇ ਵੀ ਅਗਲੇ ਦੀ ਚੀਜ਼ ਹੁੰਦੀ ਆ ਵੀ ਆਪਾਂ ਨੂੰ ਜਮੀ ਟੁੱਟ ਕੇ ਮਿਲ ਜੇ, ਕਿਉਂ ਬਈ ਵੀ ਆਪਾਂ ਨੂੰ ਜਮੀ ਸੋਨੇ ਵਾਲੀ ਚੀਜ਼ ਚਾਂਦੀ ਦੇ ਭਾਈ ਮਿਲ ਜੇ ਵੀ ਜਮੀ ਟੁੱਟ ਕੇ, ਪਰ ਅਗਲਾ ਦੇਖਦਾ ਨਹੀਂ ਹੈਗਾ ਵੀ ਜੇ ਅਗਲੇ ਦੇ ਵੀ 2 ਰੁਪਏ ਵੰਨ, ਅਗਲੇ ਡੀਲਰੋਂ ਲੈ ਕੇ ਆਇਆ, ਕਿਰਾਇਆ ਵੀ ਲੈ ਕੇ ਆਇਆ, ਮਾਲ ਦਾ ਮੁੱਲ ਤਾਂ ਲਾਓ ਤੁਸੀਂ, ਸਾਡਾ ਇੱਕ ਅਸੂਲ ਆ ਬਈ ਦੋਨੇ ਭਰਾਵਾਂ ਦਾ, ਜੇ ਅਸੀਂ ਚੀਜ਼ ਵੇਚਣੀ ਆ, ਜੇ ਕੋਈ ਮੂਹਰੋਂ ਵਪਾਰੀ ਬੰਦਾ ਤਕੜਾ ਬੰਦਾ ਅਸੀਂ ਮਾਲ ਦੇ ਮੁੱਲ ਦਿੰਦੇ ਹਾਂ, ਜੇ ਕੋਈ ਮੂਹਰੋਂ ਵਿਚਾਰਾ ਪਹਿਲੀ ਵਾਰ ਰੱਖਣ ਵਾਲਾ ਹੁੰਦਾ ਦਰਮਿਆਨਾ ਜੱਟ ਕੋਈ ਆਪਣੇ ਵਰਗਾ, ਤਾਂ ਬਈ ਉਹਨੂੰ ਅਸੀਂ ਘੱਟ ਕੇ ਵੀ ਦੇ ਦਿੰਦੇ ਹਾਂ, 5000 ਨਫੇ ਨਾਲ ਵੀ ਵੀਰੇ ਅਸੀਂ ਘੋੜੀ ਦੇ ਦਿੰਦੇ ਹਾਂ। ਘੋੜੀ ਆਪਣੇ ਵੀਡੀਓ ਪਾਈ ਦੀ ਇੱਕ ਜਵਾਕ ਆਇਆ ਸੀ ਬਈ, ਉਹਨੂੰ ਆਪ ਲੱਗ ਘੋੜੀ ਦਿੱਤੀ ਸੀਗੀ, ਉਸ ਤੋਂ ਬਾਅਦ ਉਲਟਾ ਕਹਿੰਦੇ ਜੀ ਅਸੀਂ ਘਰ ਲੈਣਾ ਗਾ, ਜਗ੍ਹਾ ਲੈਣੀ ਆ, ਉਲਟਾ ਨਫੇ ਨਾਲ ਦੁਬਾਰਾ ਉਹਨਾਂ ਦੀ ਲਈ ਸੀ, ਹਾਂ, ਔਰ ਆਪ ਲਈ ਹੋਈ ਘੋੜੀ ਖਰੀਦ ਕਰੀ ਹੋਈ 2000 ਦੇ ਜਵਾਕ ਨੂੰ ਘਾਟੇ ਨਾਲ ਦਿੱਤੀ ਸੀ, ਕਹਿੰਦੇ ਸਾਡੇ ਲਈ ਪੈਸੇ ਹੀ ਇੰਨੇ ਨੇ। ਬਾਕੀ ਦੋਸਤੋ ਮਾਰਕੀਟ ਬਣਾਉਣੀ ਬਹੁਤ ਔਖੀ ਆ, ਗਵਾਜ ਤਾਂ ਬੰਦਾ ਮਿੰਟ 'ਚ ਦਿੰਦਾ, ਤੇ ਆਪਾਂ ਜਿਹੜੀ ਚੀਜ਼ ਘੋੜੀ ਦੇ ਵਿੱਚ ਕਹਿ ਕੇ ਦਿੰਦੇ ਹਾਂ ਉਹ ਤੇ ਖਰੇ ਉਤਰਦੇ ਆ ਬਾਈ ਜੀ, ਬਾਕੀ ਲਾਣੇਦਾਰ ਨੂੰ ਪਸੰਦ ਆ ਗਈ ਘੋੜੀ ਆਪਾਂ ਲੈ ਕੇ ਮਾਰੀ, ਡੈਡੀ ਵੀ ਕਰੀ ਜਾਂਦਾ ਜੀ ਆਪਾਂ ਨੌਕਰਾ ਬਸ਼ੇਰਾ ਪਾਲਣਾ, ਡੈਡੀ ਯਾਰ ਮੇਰੇ ਤਾਂ ਚਾਉ ਸੀ ਵੀ ਸਾਡੀ ਘੋੜੀ ਬਸ਼ੇਰਾ ਦੇਵੇ, ਲੋਕ ਤਾਂ ਹਾਲਾ ਬਸ਼ੇਰੀ ਮੰਗਦੇ ਆ, ਸਾਡਾ ਤਾਂ ਇੰਨਾ ਕੁ ਚਾਉ ਸੀ ਵੀ ਘੋੜੀ ਤੋਂ ਬਸ਼ੇਰਾ ਲਈਏ ਵੀ ਅਸੀਂ ਘਰੇ ਆਪਣਾ ਸਾਹਣ ਤਿਆਰ ਕਰੀਏ। ਚਲੋ ਬਾਕੀ ਜੋ ਪਰਮਾਤਮਾ ਨੇ ਦਿੱਤਾ ਘੋੜੀ ਤੰਦਰੁਸਤ ਸੂਪੀ, ਆ ਜਾ ਵੀਰੇ ਦਿਖਾ ਦੇ, ਪਰਮਾਤਮਾ ਸਾਰਿਆਂ ਦੇ ਜਾਨਵਰਾਂ ਨੂੰ ਖੁਸ਼ ਰੱਖੇ ਜੀ। ਆ ਸੀਗੀ ਆਪਣੀ ਪਵਨ ਤੇ ਨਾਲ ਪਰੀ ਆ, ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਨਾਮ ਕਿਵੇਂ ਦਾ ਲੱਗਿਆ ਤੇ ਆਪਣਾ ਬਸ਼ੇਰੀ ਕਿਵੇਂ ਹੈ। ਬਾਕੀ ਆਪਣੀ ਨਹੀਂ ਮਿੱਤਰੋ, ਤੁਹਾਡੀ ਸਾਰਿਆਂ ਦੀ ਇਹ ਆਪਾਂ ਵੀਡੀਓ ਪਾਈ ਸੀ ਵੀ ਪਾਵਣ ਆਪਣੀ ਸੂਣ ਵਾਲੀ ਆ, ਕੋਲੇ ਲਾਲੇ ਡੇਰੇ ਇੱਥੇ ਬਹਿ ਕੇ ਪਾਈ ਸੀ ਮੰਜਾ, ਫਿਰ ਅਸੀਂ ਬਾਹਰ ਡਾਲਿਆ ਸੀਗਾ ਵੀ ਘੋੜੀ ਸੂਣ ਵਾਲੀ ਆ, ਪਹਿਲਾਂ ਅਸੀਂ ਵਿੱਚੇ ਡਾਉਂਦੇ ਹੁੰਦੇ ਸੀ ਮੰਜਾ,
ਤੇ ਬਾਕੀ ਦੇਖੋ ਤੁਸੀਂ ਸਾਰੇ ਦਰਸ਼ਕ ਵੀਰ ਪੁੱਛਦੇ ਹੁੰਦੇ ਤੇ ਕਾਲੀ ਵੀਰੇ ਵੀ ਬਾਈ ਕਦੋਂ ਸੂਪੂ ਕਦੋਂ ਸੂਪੂ ਹਨਾ। ਬਾਕੀ ਬਾਈ ਜਿਹਨੂੰ ਵੀ ਜ਼ਿਆਦਾ ਨੌਲੇਜ ਆ ਹਨਾ ਵੀ ਬੱਚੇ ਨੂੰ ਵੀ ਕਿਵੇਂ ਆਪਾਂ ਦੇਖਭਾਲ ਕਰੀਏ ਉਹ ਜ਼ਰੂਰ ਕਮੈਂਟਾਂ ਸਲਾਹ ਦੇ। ਬਾਕੀ ਡਿਸਕ੍ਰਿਪਸ਼ਨ 'ਚ ਆਪਣਾ ਨੰਬਰ ਆ, ਕੋਈ ਆਪਾਂ ਤੋਂ ਵੀ ਕਮੀ ਹੁੰਦੀ ਆ ਦੇ ਕਮੀ ਕੋਈ ਛੱਡਦਾ ਨਹੀਂ ਹੁੰਦਾ, ਫਿਰ ਵੀ ਆਪਣੀ ਕਮੀ ਆ ਆਪਾਂ ਮੰਨਾਂਗੇ ਆਪਣੀ ਸੁਧਾਰਾਂਗੇ, ਸਾਨੂੰ ਜ਼ਰੂਰ ਦੱਸਿਓ ਸਾਡਾ ਜਨਮ ਪ੍ਰਸੰਗ। 11 ਮਹੀਨੇ 5 ਦਿਨ ਲਿਆ ਘੋੜੀ ਨੇ ਪੂਰੇ, 2:05 ਤੇ ਬੱਚੇ ਦਾ ਜਨਮ ਹੋਇਆ। ਆ ਹੁੰਦਾ ਪਿਆਰ ਮਿੱਤਰੋ, ਕਹਿੰਦੇ 62 ਸਾਹਿਬ ਜਿਵੇਂ ਜਵਾਕ ਨੂੰ ਆਪਾਂ ਮਿਲ ਜਾਂਦੇ ਹੁੰਦੇ ਹਸਪਤਾਲ 'ਚ ਹੱਥ ਧੋ ਕੇ, ਦੇਖੋ ਉਹੀ ਕੰਮ ਆ ਲਓ ਜੀ। ਅਤੇ ਆ ਗਿਆ ਮਾਸੀ ਦਾ ਮੁੰਡਾ ਆਪਣੀ ਦਾ, ਸਤਿ ਸ਼੍ਰੀ ਅਕਾਲ ਵੀਰੇ। ਮੈਂ ਵੀਰੇ ਨੇ ਵੀਰੇ ਜਦੋਂ ਰਾਤ 2 ਵਜੇ ਜਾਣੀ ਕਿ ਆਪਾਂ ਨੇ ਲਾਈਵ ਹੋਏ ਸੀਗੇ ਤੇ ਗਰੁੱਪ ਦੇ ਵਿੱਚ ਆਪਣੇ ਵਟਸਐਪ ਤੇ ਸਾਰਾ ਪਰਿਵਾਰ ਦਾ ਗਰੁੱਪ ਬਣਾਇਆ ਹੋਇਆ, ਤੇ ਵੀਰੇ ਨੇ ਰਾਤ ਹੀ ਬਾਈ 2 ਵਜੇ ਮੁਬਾਰਕਾਂ ਦਿੱਤੀਆਂ। ਦੇਖੋ ਤੁਸੀਂ ਦਿਨ ਚੜ੍ਹਦੇ ਸਾਰ ਸਿੱਧਾ ਆ ਗਿਆ। ਦੇਖ ਵੀਰੇ ਕਿਵੇਂ ਲੱਗਿਆ ਬੱਚਾ? ਵਧੀਆ, ਹੋਰ ਠੀਕ ਹੈ? ਵਧੀਆ ਤੇ ਵਧੀਆ, ਸੁੱਖ ਸ਼ਾਂਤੀ ਨਾਲ ਸੂਪੀ ਘੋੜੀ। ਹਾਂ ਘੋੜੀ ਸੂਪੀ ਬਾਈ, ਠੀਕ ਆ। ਕੀ ਦਿੱਤਾ ਦੱਸ, ਕੀ ਦਿੱਤਾ ਤਾਂ ਦੇਖੀ ਹੋਣੀ ਫੋਟੋ, ਮੈਂ ਤਾਂ ਬਸ਼ੇਰੀ ਲੱਗਦੀ ਆ। ਬਸ ਫਿਰ ਬਸ਼ੇਰੀ ਹੋਆ ਬਾਈ, ਠੀਕ ਆ। ਬਹੁਤ ਸੋਹਣੀ ਥੋੜੀ ਮਹਾਰਾਜ ਨੇ ਪਰਵਾਹ ਨੇ ਬਹੁਤ ਸੋਹਣੀ ਬਸ਼ੇਰੀ ਦਿੱਤੀ ਹੈਗੀ। ਹਾਂ ਮੈਂ ਤੇਰੇ ਫੋਨ ਦੀ ਵੇਟ ਕਰਦਾ ਸੀ, ਮਹਾਂ ਲੈ ਫੋਨ ਬਹੁਤ ਆਈ ਜਾਂਦੇ ਆ ਸਾਰੇ ਬਾਈ ਹਨਾ, ਦੇਖਣ ਵਾਲੇ ਆਪਣੇ ਕਹਿੰਦੇ ਤੇ ਬਾਈ ਕਦੋਂ ਸੂਗੀ ਕਦੋਂ ਸੂਗੀ। ਮਗਰ ਬਸ਼ੇਰਾ ਇਹਦੇ ਤੇ ਆਹ ਘੋੜੀਆਂ ਨੇ। ਬਾਕੀ ਮਿੱਤਰੋ ਆਪਣੀਆਂ ਇਹ ਸਕੂਲਾਂ ਦੇ ਵਿੱਚ ਲੈ ਕੇ ਜਾਂਦੇ ਆ। ਜਾਗਰ ਬਦਮਾਸ਼, ਪੈਰਾਂ ਦੇ ਵਿੱਚ ਗੁੱਚੀ ਦੇ ਸ਼ੂ ਕੁੜੇ। ਆਹ ਆ ਗਈ ਜੀ ਆਪਣੀ ਜੁਗਣੀ, ਜੁਗਣੀ ਆਪਾਂ ਨੇ ਨਿਮਾਤੀ ਮੰਡੀ ਦੇ ਵਿੱਚ ਲੈ ਕੇ ਗਏ ਸੀ ਆਪਾਂ ਇਹਨੂੰ 10 ਤਰੀਕ ਨੂੰ, ਤੇ ਆਪਣੀ ਜੁਗਣੀ ਦੇ ਉੱਥੇ ਨਜ਼ਰ ਲੱਗ ਗਈ ਸੀ, ਥੋੜ੍ਹੀ ਜਿਹੀ ਸੱਟ ਵੀ ਲੱਗੀ ਸੀ। ਜਦੋਂ ਸੱਟ ਲੱਗ ਗਈ ਉਹਦੀ ਗੱਡੀ ਚੜ੍ਹ ਗਈ ਤੀ ਇਹ, ਤੇ ਬੱਚਾ ਪਿੱਛੇ ਇੰਜੋਏ ਕਰਦਾ। ਬਾਕੀ ਜਿਹੜੀਆਂ ਘੋੜੀਆਂ ਆਪਣੇ ਘਰੇ ਨੇ ਇਸ ਟਾਈਮ ਸਾਰੀਆਂ ਤੁਹਾਨੂੰ ਦਿਖਾਵਾਂਗੇ ਤੇ ਨਾਲ ਨਾਲ ਨਵਾਵਾਂਗੇ। ਫਾਰਮ ਆਪਣਾ ਹੋ ਰਿਹਾ ਤਿਆਰ ਦੋਸਤੋ, ਤੇ ਅਸੀਂ ਇੰਨੇ ਇੱਥੇ ਕਹਿ ਸਕਦਾ ਪੰਜਾਬੀ ਵੀ ਟਾਈਮ ਕੱਟੀ ਕਰ ਰਿਹਾ ਹੈ। ਦੱਸੀ ਤੇ ਹੋਰ ਦੱਸੀ, ਆਪਣਾ ਫਾਰਮ ਹੋ ਰਿਹਾ ਤਿਆਰ, ਹਾਂਜੀ ਪਹੁੰਚਿਆ ਨਾਭੇ ਤੋਂ ਆਪਣਾ ਯਾਰ ਘੋੜੇ ਨੀ ਦੇਖੇ ਜਿੰਨਾ ਜਾਗਰ ਨੀ ਦੇਖਦੇ ਤੇ ਕਹਿੰਦੇ ਵੀ ਜਾਗਰ ਨੀ ਆਇਆ ਹੈਗਾ। ਦੋ ਤੋਹਫੇ ਡੋਲਤਾ ਪਾਣੀ, ਦੇਖ ਕਿੰਨੀ ਖਰਾਬ ਆ ਲਿਟੋ ਪਾਣੀ ਡੋਲਤਾ। ਨਾਚ ਵਾਲੀ ਘੋੜੀ ਆ ਜੀ ਮੰਡੀ ਦੇ ਵਿਚ, ਪੂਰੀਆਂ ਰੌਣਕਾਂ ਲਾਈਆਂ, ਤੇ ਉਧਰ ਆਪਣੀ ਜੁਗਣੀ ਆ ਗਈ, ਇਧਰ ਪੈਰੀ ਕੱਢੋ ਬਈ ਬਾਰੇ। ਲਿਟੋ ਇਧਰ ਥੋੜਾ ਜਿਹਾ ਘੂਰਦੀ ਆ ਬਈ ਨਵੀਂ ਘੋੜੀ ਨਾਲ, ਇਹ ਤੰਗ ਕਰਦੀ ਆ। ਲਿਆ ਆਉਣ ਦੇ ਵੀਰੇ, ਆਉਣ ਦੇ। ਲਿਆ 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 ਲਿਆ, ਚੜ ਲਾ ਬੋਚ ਕੇ ਚੜ ਲਾ ਹੌਲੀ, ਵੈਰੀ ਗੁੱਡ। ਰੁਕ ਲਾ ਵੀਰੇ ਮਾੜਾ ਜਿਹਾ, ਬਸ਼ੇਰਾ ਆ ਜਾਣ ਦੇ, ਹੌਲੀ ਚੜ ਲਓ ਹੌਲੀ। ਉਹ ਇਹਨੂੰ ਫੜ ਬਾਈ, ਫੜ ਕੇ ਦੂਜੇ ਉਹ ਕੁਧਰ ਘੋੜੀਆਂ ਚ ਵੜ ਜੇ। ਆਉਣ ਦੋ ਬਈ ਆਉਣ ਦੋ। ਜੱਸੀ ਬਨੇਰੇ ਵਾਲਾ ਤੇ ਜਾਗਰੇ ਦੇ ਤਾਏ ਦਾ ਮੁੰਡਾ ਬਾਈ ਜੀ, ਦਿਲੋਂ ਸੇਵਾ ਲੱਗ ਗਿਆ ਜੱਸੀ ਵੀ ਕਰਨ ਹੁਣ ਘੋੜੀਆਂ ਦੀ। ਕਹਿੰਦੇ ਜੱਸੀ ਪਹਿਲਾਂ ਸ਼ੇਰ ਲਿਖਦਾ ਹੁੰਦਾ ਸੀਗਾ ਦਿਲ ਟੁੱਟੇ ਹੋਏ ਤੇ,
ਠੀਕ ਹੈ ਸੈਡ ਸ਼ੇਅਰ। ਫਿਰ ਜੱਸੀ ਲਿਖਣ ਲੱਗ ਗਿਆ ਰੋਮਾਂਟਿਕ। ਫਿਰ ਜੱਸੀ ਕਹਿੰਦਾ ਮੈਂ ਜੱਸੀ ਨੂੰ ਕਿਹਾ ਇੱਕ ਦਿਨ ਮਹਾਂ ਜੱਸੀ ਵੀਰੇ ਘੋੜੀਆਂ ਤੇ ਲਿਖ। ਜੱਸੀ ਕਹਿੰਦਾ ਯਾਰ ਘੋੜੀਆਂ ਤੇ ਤਾਂ ਲਿਖ ਦਈਏ ਪਰ ਜਿੰਨਾ ਟਾਈਮ ਬੰਦਾ ਵਿੱਚ ਨਹੀਂ ਰਹਿੰਦਾ ਉਨਾ ਟਾਈਮ ਫੀਲਿੰਗ ਨਹੀਂ ਆਉਂਦੀ ਹੈਗੀ। ਫਿਰ ਮੈਂ ਜੱਸੀ ਨੂੰ ਇੱਕ ਦਿਨ ਸੱਤ ਲਿਆ, ਜੱਸੀ ਨੂੰ ਘੋੜੀ ਤੇ ਬਿਠਾਤਾ, ਘੋੜੀ ਨੇ ਮਾਰਿਆ ਥੱਲੇ। ਫਿਰ ਜੱਸੀ ਕਹਿੰਦਾ ਵੀ ਹੁਣ ਹੋ ਗਈ ਬੱਲੇ ਬੱਲੇ, ਲੈ ਵੀ ਹੁਣ ਨਹੀਂ ਦੱਬਦੇ। ਜੱਸੀ ਫਿਰ ਜਦੋਂ ਡਿੱਗਿਆ ਤੀ ਜੱਸੀ, ਫਿਰ ਉਦੋਂ ਬਾਅਦ ਜਮਾ ਡਰ ਖੋਲਿਆ ਵੀਰੇ ਕਿ ਨਾ, ਕਿਉਂਕਿ ਕਿਉਂਕਿ ਪਤਾ ਕੀ ਗੱਲ, ਨਵੇਂ ਮੁੰਡੇ ਕਹਿੰਦੇ ਆ ਵੀਰੇ ਵੀ ਯਾਰ ਡਿੱਗਣਾ ਜਾਈਏ, ਡਿੱਗੋਗੇ ਵੀ ਤਾਂ ਹੀ ਜੇ ਬੈਠੋਗੇ ਜੇ ਕੋਈ। ਹਾਂਜੀ ਬਿਲਕੁਲ ਬਾਈ ਬਿਲਕੁਲ। ਤੇ ਬਾਕੀ ਆਹ ਸੀਗਾ ਜੀ ਇਹ ਘੋੜੀ ਦਾ ਵਛੇਰਾ, ਇਹਦਾ ਜਾਗਰ ਨੇ ਪਿਆਰ ਨਾਲ ਨਾਮ ਰੱਖਿਆ ਜਿਪਸੀ। ਆ ਮੁੰਡਾ ਚੌਂਹਟ ਵਾਲਾ, ਇਹਦੀ ਗਰਦਨ ਤੇ ਬਰਫ਼ ਘਸਾਈ ਜਾਂਦਾ। ਜਿਹੜੇ ਬਾਈ ਤੋਂ ਲਈ ਹੈ ਨਾ ਉਹਨਾਂ ਨੇ ਟੀਕਾ ਲਾਇਆ ਹੋਣਾ ਗਰਦਨ 'ਤੇ ਅਤੇ ਉੱਥੇ ਥੋੜ੍ਹਾ ਜਿਹਾ ਸੋਜਾ ਆਇਆ ਹੋਇਆ ਤਾਂ ਕਰਕੇ। ਬਾਕੀ ਆਹ ਦੇਖੋ ਵਛੇਰੇ ਦੇ ਨਾ ਰੱਸਾ ਰੁੱਸਾ ਫਸ ਗਿਆ ਹੋਣਾ, ਥੋੜ੍ਹੀ ਜਿਹੀ ਸਾਂਭ ਘੱਟ ਸੀਗੀ। ਆਪਾਂ ਇਹਦੇ ਅੱਜ ਟੈਟਨਸ ਦਾ ਟੀਕਾ ਵੀ ਲਾਵਾਂਗੇ, ਪੂਰੀ ਸੇਵਾ ਕਰਾਂਗੇ। ਤੁਸੀਂ ਗਰਦਨ ਚੈੱਕ ਕਰੋ, ਬਾਕੀ ਨਵਾ ਦਈਏ ਤੁਹਾਨੂੰ ਦਿਖਾਉਂਦੇ ਹਾਂ। ਅਤੇ ਆਹ ਤੀ ਆਪਣੀ ਪਰੀ, ਪਾਵਨ ਦੀ ਪਰੀ ਹੈ, ਪਾਵਨ ਸੂਬੀ ਪਾਵਨ ਦੀ ਪਰੀ। ਇਥੋਂ ਪਤਾ ਲੱਗਦਾ ਘੋੜਿਆਂ ਦੇ ਸਕੀਨਾਂ ਦਾ, ਕਹਿੰਦਾ ਇਥੋਂ ਪਤਾ ਲੱਗਦਾ ਘੋੜਿਆਂ ਦੇ ਸਕੀਨਾਂ ਦਾ, ਬੁਰਾ ਹਾਲ ਕਰਤਾ ਜਾਗਰ ਨੇ ਲੋਅਰ ਪੈਂਟ ਦੇ ਜੀਨਾਂ ਦਾ। ਤੁਸੀਂ ਦੇਖ ਸਕਦੇ ਆਹ ਦੇਖੋ ਕਿਆ ਬਾਤ ਹੈ, ਕਹਿੰਦਾ ਧਰਤੀ ਕੰਬਣ ਲੱਗਦਾ। ਇਧਰੋਂ ਰੌਕਸੀ ਪੂਰਾ ਗਰਮ ਆ ਤੇ ਆਹ ਸਿਰੇ ਦਾ ਬਸ਼ਰਮਾ। ਲੈ ਵੀ ਆਹ ਖੜਿਆ ਸਾਡਾ ਟ੍ਰੇਲਰ, ਘੋੜੀਆਂ ਦੇਖੋ ਇਹਦੇ ਵਿੱਚ ਰਹਿੰਦੇ ਨੇ, ਐਂ ਨਹੀਂ ਪਤਾ ਕਿਹੜੇ ਵਕਤ ਕਿੱਧਰ ਨੂੰ ਜਾਣਾ ਪੈ ਜੇ, ਕਦੇ ਸ਼ੂਟਿੰਗ 'ਤੇ, ਕਦੇ ਪ੍ਰੀ ਵੈਡਿੰਗ ਸ਼ੂਟਿੰਗ 'ਤੇ, ਕਦੇ ਫਿਲਮ ਦੀ ਸ਼ੂਟਿੰਗ 'ਤੇ, ਕਦੇ ਗਾਣੇ ਦੀ ਸ਼ੂਟਿੰਗ 'ਤੇ। ਇੱਧਰ ਆਪਣੀਆਂ ਪੌਨੀਆਂ ਖੜੀਆਂ ਨੇ ਬਾਈ, ਫਾਰਮ ਸਾਡਾ ਤਿਆਰ ਹੋਈ ਜਾਂਦਾ, ਜਲਦੀ ਫਾਰਮ 'ਤੇ ਵੀ ਵੀਡੀਓ ਲੈ ਕੇ ਆਵਾਂਗੇ। ਆ ਜਾਓ ਇੱਧਰ ਨੂੰ, ਤੁਹਾਨੂੰ ਆਹ ਘੋੜੀਆਂ ਦਿਖਾਉਣਾ, ਇਹ ਘੋੜੀਆਂ ਆਪਣੀਆਂ ਸੇਲ ਵਾਲੀਆਂ ਨੇ। ਜੇ ਕੋਈ ਵੀਰ ਜਾਇਜ਼ ਰੇਟ 'ਤੇ ਪੈਸੇ ਲਾਉਣਾ ਚਾਹੁੰਦਾ ਵੀ ਆਪਾਂ ਇੰਨੇ ਕੁ ਰੇਟ ਦੀ ਘੋੜੀ ਲੈਣੀ ਆ ਤਾਂ ਤੁਹਾਨੂੰ ਦੇ ਦਾਂਗੇ ਬਾਈ, ਖਾਲੀ ਨਹੀਂ ਮੋੜਦੇ ਕਿਸੇ ਨੂੰ। ਆਹ ਘੋੜੀ ਦੀ ਹਾਈਟ 60 ਇੰਚ ਹੈ ਜੀ, ਨਾਚ ਕਹਿੰਦੀ ਆ ਪੂਰੀ, ਇੱਕ ਨੰਬਰ ਆ, ਨਾਚ ਕਰਦੀ ਆ, ਮੱਥਾ ਟੇਕਦੀ ਆ, ਅਤੇ 75 ਦਿਨਾਂ ਦੀ ਨੁਕਰੇ ਘੋੜੇ ਤੋਂ ਗੱਭਣਾ ਇਹ। ਲੰਬੇਟ ਲੰਬੂਟ ਚੈੱਕ ਕਰੋ ਤੁਸੀਂ ਘੋੜੀ ਦੀ, ਇੱਕ ਨੰਬਰ ਹੈ, ਗਰਦਨ ਚੈੱਕ ਕਰੋ, ਕੰਨਾਂ ਦੀ ਕੁਆਲਿਟੀ ਪੂਰੀ ਸਿਰੇ ਆ। ਅਤੇ ਆਹ ਘੋੜੀ ਨਾਗ ਦੀ ਦੋਤੀ ਆ, ਇਹ ਘੋੜੀ ਵੀ ਸਾਡੀ ਸੇਲ ਆ, ਇਹ ਵਛੇਰੀ ਆ ਹਜੇ 30 ਮਹੀਨਿਆਂ ਦੀ। ਇਹ ਜੈੱਡ ਬਲੈਕ ਆ, ਜਮਾਂ ਧੁੱਪ ਕਰਕੇ ਥੋੜ੍ਹਾ ਜਿਹਾ ਕਲਰ ਬਰਾਊਨ ਜਿਹਾ ਲੱਗਦਾ ਤੁਹਾਨੂੰ। ਅਤੇ ਆਹ ਆ ਗਈ ਭਾਈ ਆਪਣੀ ਜੁਗਨੀ, ਤਾਂ ਆਪਾਂ ਦੇਣੀ ਨਹੀਂ। ਸ਼ੇਰਾ ਤਾਂ ਲਿਆਈ, ਕਹਿੰਦਾ ਕੋਈ ਕਿਸੇ ਚੀਜ਼ ਦਾ ਘਰੇ ਪੈੜਾ ਪਾਉਣਾ ਚੰਗਾ ਹੁੰਦਾ। ਹਾਂ ਜੋੜੀ ਇਹ ਆ ਗਈ, ਜੋੜੀ ਪਾਵਨਾ ਉਹਦੀ ਆਪਣੀ ਪਰੀ ਦੀ ਕਰਤੀ। ਬੱਬੂ ਮਾਨ ਨੇ ਐਵੇਂ ਥੋੜ੍ਹੀ ਕਿਹਾ, ਰੱਬ ਨੇ ਬਣਾਈਆਂ ਜੋੜੀਆਂ। ਸਹੀ ਗੱਲ ਹੈ ਜੱਸੀ। ਅਤੇ ਬਾਕੀ ਸਾਡੇ ਸਾਰੇ ਭਰਾ ਸੁਖਚੈਨ ਸਿੰਘ ਮਾਸੀ ਦਾ ਬੇਟਾ, ਅਤੇ ਇੱਧਰ ਮੁੰਡਾ ਚੌਂਟ ਵਾਲਾ, ਅਤੇ ਪਿੱਛੇ ਵੀਰਾ ਘੈਂਟ ਸਾਡਾ ਸੌਜੇ ਤੋਂ।